ਓ ਸ਼ਿਟ ਯਾਰ, ਦੇਖੋ ਕੀ ਬਣ ਗਿਆ ਆਪਣੀ ਕਣਕ ਦਾ। ਪੂਰਾ ਸਾਲ ਮਿਹਨਤ ਕਰੋ, ਫਸਲ ਉਗਾਓ, ਉਸਕਾ ਪਾਲਣ ਪੋਸ਼ਣ ਕਰੋ, ਉਸੇ ਖੁਰਾਕ ਦੋ, ਉਸੇ ਬਿਮਾਰੀਆਂ ਸੇ ਬਚਾਓ, ਉਸੇ ਕੀਟੋਂ ਸੇ ਬਚਾਓ। ਐਂਡ ਮੇ ਇੱਕ ਦਿਨ ਬਾਰਿਸ਼ ਪੜ ਜਾਤੀ ਹੈ, ਓਲੇ ਪੜ ਜਾਤੇ ਹੈ, ਫਸਲ ਖਰਾਬ ਹੋ ਜਾਤੀ ਹੈ। ਔਰ ਵਹੀ ਕਿਸਾਨ ਅਗਰ ਆਪਣੇ ਹੱਕ ਕੀ ਬਾਤ ਦੇਸ਼ ਕੇ ਸਾਹਮਣੇ ਕਰੇ ਤੋ ਉਸੇ ਆਤੰਕਵਾਦੀ ਬੋਲ ਕੇ ਬਾਤ ਖਤਮ ਕਰ ਦੋ। ਹੈਲੋ ਗਾਇਸ ਐਂਡ ਗਾਇਸਨੀਜ਼, ਵੈਲਕਮ ਟੂ ਡੇ ਵਿਚ ਦੁਸਾਂਝ ਬਲੌਗਸ, ਨਵੇਂ ਗਰਮ ਗਰਮ ਬਲੌਗ ਮੈਂ ਆਪਕਾ ਸਵਾਗਤ ਹੈ। 8:30 ਵੱਜ ਚੁੱਕੇ ਹੈ, ਲੇਟ ਹੋ ਗਏ ਹੂੰ ਥੋੜ੍ਹਾ ਸਾ, 7 ਵਜੇ ਉੱਠਾ, ਸੋਰੀ 7:30 ਉੱਠਾ ਮੈਂ। ਅਭੀ ਹਮ ਨਹਾ ਧੋ ਕੇ ਫਰੈਸ਼ ਹੋ ਕੇ ਅਭੀ ਹਮ ਚਿੱਟਾ ਦੁੱਧ ਲੈਣੇ ਜਾ ਰਹੇ ਹੈਂ। ਮੌਸਮ ਤਾਂ ਕਲੀਅਰ ਹੋ ਚੁੱਕਾ, ਧੁੱਪ ਨਿਕਲ ਚੁੱਕੀ ਆ। ਲਓ ਜੀ ਆ ਚੁੱਕਾ ਸੇਵਾ ਕਰਨ, ਅੱਜ ਤਾਂ ਆਇਆ ਵੀ ਨਹੀਂ ਲੱਗਦਾ ਬਈ। ਬੀਬੀ ਦਾ ਸਮਾਨ ਪਿਆ ਹੋਇਆ ਪਰ ਬੀਬੀ ਹੈ ਕਿੱਥੇ? ਅੱਜ ਮਿਹਨਤ ਜ਼ਿਆਦਾ ਕਰਨੀ ਪੈਣੀ ਕਿਉਂਕਿ ਮੀਂਹ ਹਨੇਰੀ ਚੱਲੀ ਹੋਈ ਆ, ਥੋੜ੍ਹਾ ਜ਼ਿਆਦਾ ਗੰਦ ਜਿਹਾ ਪਿਆ ਲੱਗਦਾ। ਬਾਕੀ ਮੈਨੂੰ ਲੱਗਦਾ ਇੱਧਰ ਦਾ ਬੀਬੀ ਨੇ ਸਾਫ਼ ਕੀਤਾ ਹੋਇਆ। ਟੋਪੀ ਪਾ ਕੇ ਸੇਵਾ ਕਰਨ ਲੱਗਾ ਬਾਈ, ਇੱਦਾਂ ਫਰਕ ਪੈ ਜਾਂਦਾ ਕਹਿੰਦੇ ਸ਼ਰਧਾ 'ਚ। ਬਾਈ ਮਿੱਤਰੋ, ਗੁਰਦੁਆਰਾ ਸਾਹਿਬ ਆ ਚੁੱਕਾ, ਚਾਚਾ ਆ ਗਿਆ ਸੀਗਾ ਅੱਜ ਵੀ, ਸੋ ਜਲਦੀ ਕੰਮ ਹੋ ਗਿਆ ਸੇਵਾ 'ਤੇ। ਦੇਖੋ ਕਿੰਨਾ ਗੰਦ ਜਮ੍ਹਾਂ ਹੋਇਆ ਆ। ਗੁਰੂ ਹਰ ਰਾਇ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੇ ਕਰਕੇ ਅੱਜ ਅਖੰਡ ਪਾਠ ਸਾਹਿਬ ਆਰੰਭ ਹੋਣਾ ਗੁਰਦੁਆਰਾ ਸਾਹਿਬ 'ਚ। 10:30 ਹੋ ਚੁੱਕੇ, ਹੁਣ ਜਾ ਰਹੇ ਹਾਂ ਵਾਪਸ। ਅੱਜ ਤਾਂ ਰੋਟੀਆਂ ਵੀ ਅਥਰੀਆਂ ਬਣ ਡੀਆਂ ਲੱਗਦੀਆਂ। ਅੱਛਾ, ਜਿੰਨੀਆਂ ਬੱਚੀਆਂ ਤਾਲੀਆਂ ਸਾਰੀਆਂ ਮਿਕਸ ਕਰਤੀਆਂ। ਇਹਦੇ 'ਚ ਸਾਗ ਵੀ ਪਾਇਆ? ਪਤਾ ਥੋੜੇ ਤੁਹਾਡਾ? ਨਹੀਂ। ਲਓ ਜੀ, ਅੱਜ ਸੰਡੇ ਤੇ ਅੱਜ ਹੈਗਾ ਸਾਫ਼ ਸਫਾਈ ਡੇ ਆਪਣੀਆਂ ਇਲੈਕਟ੍ਰੋਨਿਕ ਆਈਟਮ ਦਾ। ਅੱਜ ਤੈਨੂੰ ਬਰਤਨ ਦਾ ਟਾਈਮ ਆ ਗਿਆ ਬੱਲਿਆ, ਆਪਾਂ ਸਫਾਈ ਕਰਾਂਗੇ। ਬਹੁਤ ਦਿਨ ਤੋਂ ਲਗਾਤਾਰ ਰੋਜ਼ ਐਡੀਟਿੰਗ ਹੋ ਰਹੀ ਹੈ ਨਾ, ਤੇ ਸਟ੍ਰੇਨ ਜਿਹਾ ਆ ਕੇ ਥੋੜੇ ਸਫਾਈ ਕਰਦੇ ਨੇ, ਮੈਂ ਨੁਕਸਾਨ ਕਰ ਲਿਆ ਯਾਰ। ਹੈੱਡਫੋਨ ਦੇ ਟਿਪਸ ਜਿਹੇ ਗੰਦੇ ਹੋਏ ਹੋਏ ਸੀਗੇ, ਮੈਂ ਉਤਾਰ ਰਿਹਾ ਸੀਗਾ, ਵਿਚਾਰੇ ਕੁੱਤੀ ਟੁੱਟ ਗਿਆ। ਚਲੋ ਹੁਣ ਚੇਂਜ ਕਰਨਾ ਆਪਣੇ, ਇੱਕ ਵਾਰ ਪਹਿਲਾਂ ਵੀ ਟੁੱਟ ਚੁੱਕੇ। ਐਕਸਟਰਾ ਸਮਾਲ ਜਿਹੜੇ ਸੀਗੇ, ਜ਼ਿਆਦਾ ਛੋਟੇ, ਉਹ ਵਧੀਆ ਸੀਗੇ, ਮੈਨੂੰ ਕੰਫਰਟੇਬਲ ਸੀਗੇ, ਉਹ ਵੀ ਟੁੱਟ ਗਏ ਸੀ। ਹਾਂ, ਸਮਾਲ ਸੀਗੇ ਵੀ ਟੁੱਟ ਗਏ, ਹੁਣ ਇਸ ਤੋਂ ਵੱਡੇ ਜਿਹੜੇ ਉਹ ਲਾਉਣੇ ਪੈਣੇ ਮੈਨੂੰ ਇਹਦੇ 'ਚ। ਹੁਣ ਯਾਰ ਵੱਡੇ ਵੱਡੇ ਜਿਹੇ ਲਾਉਣੇ ਪੈਣੇ ਆ, ਇਹ ਫਿੱਟ ਨਹੀਂ ਹੋਣੇ ਪਰਨੇ ਦੇ ਵਿੱਚ ਨਾ, ਪੱਗ ਦੇ ਵਿੱਚ ਸਹੀ ਨਹੀਂ ਲੱਗਦੇ, ਜ਼ਿਆਦਾ ਮੋਟੇ ਹੋ ਜਾਂਦੇ ਆ। ਮਿੱਤਰੋ, 2 ਵੱਜ ਚੁੱਕੇ ਹੈ ਔਰ ਅਭੀ ਹਮ ਐਡੀਟਿੰਗ ਕਰ ਰਹੇ ਹੈ। ਮੈਂ ਖੇਤ ਵੱਲ ਜਾ ਕੇ ਵੀ ਨਹੀਂ ਦੇਖਿਆ, ਮੈਂ ਸੋਚਿਆ ਹੁਣ ਸ਼ਾਮ ਨੂੰ ਜਾਊਂਗਾ ਇੱਕ ਵਾਰ, ਵੈਸੇ ਚਾਹੁੰਦਾ ਤਾਂ ਮੈਂ ਜਲਦੀ ਜਲਦੀ ਦੇਖਾਂ ਜਾ ਕੇ ਫਸਲ ਨੂੰ, ਬਟ ਮੈਂ ਸਵੇਰ ਦਾ ਗਿਆ ਨਹੀਂ ਹੋਇਆ ਕਿਉਂਕਿ ਪ੍ਰਾਇਓਰਟਾਈਜ਼ ਕਰ ਰਹੇ ਹਾਂ ਮੈਂ ਆਪਣਾ ਕੰਮ ਕਰ ਲਈਏ, ਫਿਰ ਸ਼ਾਮ ਨੂੰ ਚੱਲਦੇ ਹਾਂ ਇੱਕ ਵਾਰ, ਦੇਖਣ ਜਾਂ ਨਾ ਦੇਖਣ ਦਾ ਕੁਛ ਹੁਣ ਫਰਕ ਪੈ ਨਹੀਂ ਜਾਣਾ ਜੋ ਹੋ ਗਿਆ। ਮੰਮਾ ਆ ਕੀ ਆ? ਅੰਗੂਰ। ਇਹਦੀ ਸਰਵਿਸ ਵੀ ਡਿਊ ਚੱਲ ਰਹੀ ਆ, ਆਵਾਜ਼ ਹੀ ਕਰਨ ਲੱਗ ਗਿਆ, ਤੇਲ ਵੀ ਬਹੁਤ ਘੱਟ ਆ ਯਾਰ, ਪਹੁੰਚ ਜਾਵਾਂਗੇ। ਮਿੱਤਰੋ, 5 ਵੱਜ ਚੁੱਕੇ ਆ ਤੇ ਹੁਣ ਮੋਟਰ ਵੱਲ ਗੇੜਾ ਮਾਰ ਕੇ ਦੇਖਦੇ ਹਾਂ ਕੀ ਬਣਿਆ। ਵੈਸੇ ਸਾਰੀਆਂ ਡਿੱਗੀਆਂ ਹੀ ਹੋਈਆਂ ਆ, ਦੇਖੋ ਇੱਧਰ ਇੱਧਰ ਠੀਕ ਹੈ ਸਭ ਕੁਛ। ਕੱਲ੍ਹ ਆਪਣੇ ਤੋਂ ਆਇਆ ਨਹੀਂ ਗਿਆ ਨਾ ਮੋਟਰ, ਤੇ ਗਲਾਸ ਗਲੂਸ ਵੀ ਯਾਰ ਡਿੱਗੇ ਫਿਰਦੇ ਆ। ਆਪਣੀ ਮੋਟਰ 1 ਪੇ ਦੇਖੋ ਕਿਆ ਹਾਲ ਬਣਾ ਹੁਆ ਹੈ, ਇਸਕਾ ਮੈਨੂੰ ਡਰ ਥਾ ਕਿਉਂਕਿ ਇਸਕੀ ਹਾਈਟ ਜ਼ਿਆਦਾ ਵੱਡ ਗਈ ਥੀ ਔਰ ਵੈਸੇ ਵੀ ਇਸਕੀ ਗਰੋਥ ਜ਼ਿਆਦਾ ਹੋ ਗਈ ਥੀ। ਇਹ ਦੇਖੋ ਇਹ ਟੂਟ ਹੀ ਗਈ ਹੈ, ਇਸੇ ਸਾਰੀ ਬਹਿ ਚੁੱਕੀ ਆ ਥੱਲੇ, ਉਹ ਪਿਛਲੇ ਸਾਲ ਵਾਲੇ ਸੀਨ ਹੋ ਗਿਆ। ਫਿਰ ਵੀ ਚਲੋ ਪਹਿਲੇ ਮੋਟਰ 3 ਔਰ 4 ਪਰ ਜਾ ਕੇ ਦੇਖਤੇ ਹੈਂ। ਲੋ ਜੀ, ਤੋਂ ਆਗੇ ਆ ਕੇ ਸੇ ਹਮਨੇ ਦੇਖ ਲਿਆ, ਅੰਦਰ ਜਾ ਕੇ ਦੇਖੇਂਗੇ। ਪਹਿਲੇ ਮੋਟਰ ਨੰਬਰ 3 ਔਰ 4 ਦੇਖ ਕੇ ਹੈ, ਵੋ ਦੂਸਰੇ ਗਾਉਂ ਵਾਲੀ। ਪਹਿਲਾਂ ਮੋਟਰਸਾਈਕਲ ਮੈਂ ਤੇਲ ਡਲਵਾ ਕਰ ਆਤੇ ਹੈਂ, ਜੇ ਖਤਮ ਹੋਣੇ ਵਾਲਾ ਹੈ। ਸੋ ਮੋਟਰ ਨੰਬਰ 4 ਤੇ ਆ ਚੁੱਕਿਆ ਮੈਂ, ਇੱਥੇ ਤਾਂ ਠੀਕ ਆ, ਜ਼ਿਆਦਾ ਨਹੀਂ ਡਿੱਗੀ, ਕਿਤੇ ਕਿਤੇ ਥੋੜ੍ਹੀ ਜਿਹੀ ਡਿੱਗੀ ਹੋਈ ਹੈ, ਜ਼ਿਆਦਾ ਇੰਨੀ ਕੁ ਤਾਂ ਕੁਛ ਨਹੀਂ ਹੁੰਦਾ। ਅਤੇ ਇੱਧਰ ਵੀ ਸਾਰੀ ਠੀਕ ਆ, ਥੋੜ੍ਹਾ ਬਹੁਤਾ ਹੀ ਆ, ਜਿੱਥੇ ਥੋੜ੍ਹੀ ਜ਼ਿਆਦਾ ਸੰਘਣੀ ਹੁੰਦੀ ਹੈ ਨਾ, ਜਾਂ ਉੱਥੇ ਡਿੱਗ ਜਾਂਦੀ ਆ। ਪੱਤੇ ਪੁੱਤੇ ਦੇਖੋ ਕਿੱਦਾਂ ਪਾੜ ਸਿੱਟੇ ਸਾਰੇ,
ਪੱਤਾ ਮੇਨ ਚੀਜ਼ ਹੁੰਦੀ ਜਿੱਦਾਂ ਇਹਦੀ ਖੁਰਾਕ ਸਾਰੀ ਜਾਂ ਫੋਟੋਸਿੰਥੇਸਿਸ ਜੋ ਵੀ ਹੁੰਦਾ ਕਲੋਰੋਫਿਲ ਸਾਰਾ ਇਹਦੇ 'ਚ ਸਟੋਰ ਹੁੰਦਾ, ਪ੍ਰਕਾਸ਼ ਸੰਸ਼ਲੇਸ਼ਣ ਕਹਿ ਜਾਂਦੇ ਜਿਹਨੂੰ ਪੰਜਾਬੀ 'ਚ। ਠੀਕ ਆ, ਮਤਲਬ ਮੋਟਰ ਨੰਬਰ 4 'ਤੇ ਆਪਣਾ ਓਕੇ ਆ ਕੰਮ, ਜ਼ਿਆਦਾ ਨਹੀਂ ਡਿੱਗੀ ਹੋਈ। ਉਸ ਸਾਈਡ ਦੇਖਦੇ ਚੱਲ ਕੇ ਦਰਖਤਾਂ ਦੇ ਨੇੜੇ, ਉੱਥੇ ਪੱਕਾ ਡਿੱਗੀ ਹੋਣੀ ਆ, ਗਲੇ ਜ਼ਿਆਦਾ ਪੈਣ ਕਰਕੇ ਪੱਤੇ ਪੁੱਤੇ ਪਾੜ ਸਿੱਟੇ ਉੱਤੋਂ। ਦਰਖਤਾਂ ਨੇੜੇ ਤਾਂ ਜ਼ਰੂਰ ਡਿੱਗਦੀ ਹੁੰਦੀ, ਇੱਥੋਂ ਤਾਂ ਡਿੱਗੀ ਹੋਈ ਆ, ਥੋੜ੍ਹੀ ਕਮਜ਼ੋਰ ਹੁੰਦੇ ਇਹਦੇ ਤਣੇ ਜਿਹੇ ਦਰਖਤਾਂ ਥੱਲੇ। ਇਹ ਆਹ ਵਾਲਾ ਛੋਟਾ ਜਿਹਾ ਖੇਤ ਤਾਂ ਹਮੇਸ਼ਾ ਚੱਕਿਆ ਜਾਂਦਾ ਵਿਚਾਰਾ, ਇੱਕ ਦਰਖਤਾਂ ਥੱਲੇ ਆਏ ਜਾਂ ਇੱਥੇ ਬਿਮਾਰੀ ਜਾਂ ਇਨਸੈਕਟ ਵਗੈਰਾ ਬਹੁਤ ਪੈ ਜਾਂਦੇ ਆ, ਉਹ ਤੇਰੀ ਮੈਂ ਕਿਹਾ ਸੱਪ 'ਤੇ ਪੈਰ ਆ ਗਿਆ। ਸੋ ਮੋਟਰ ਨੰਬਰ 4 'ਤੇ ਤਾਂ ਓਕੇ ਆ ਸਾਰਾ ਕੰਮ, ਬਸ ਆਹ ਖੱਤੀ ਨੂੰ ਛੱਡ ਕੇ ਇਹ ਵੀ ਉਨਾ ਜ਼ਿਆਦਾ ਨਹੀਂ ਹੋਇਆ, ਫਿਰ ਵੀ ਠੀਕ ਆ। ਇੱਕ ਹੁੰਦੀ ਥੱਲੇ ਜਾਂ ਨਾ ਫਲੈਟ ਵਿਛ ਜਾਂਦੀ, ਉਹਦਾ ਥੋੜ੍ਹਾ ਜ਼ਿਆਦਾ ਨੁਕਸਾਨ ਹੁੰਦਾ, ਇਹ ਠੀਕ ਆ। ਬਾਕੀ ਮੇਰਾ ਹੁੰਦਾ ਜੋ ਬਚਿਆ ਹੋਇਆ ਮੈਂ ਉਹਦੇ 'ਤੇ ਧਿਆਨ ਦਿੰਦਾ ਹੁੰਦਾ, ਪੋਜ਼ਿਟਿਵ ਰਹਿਣ ਦੀ ਕੋਸ਼ਿਸ਼ ਕਰੀ ਦੀ ਆਪਾਂ। ਇੱਧਰ ਮੋਟਰ ਨੰਬਰ 3 ਆਪਣੀ ਸਾਹਮਣੇ ਚੋਰੀ ਵਾਲੀ, ਇਹ ਥੋੜ੍ਹੀ ਕਣਕ ਵੱਡੀ ਸੀਗੀ, ਇਹ ਆਲਮੋਸਟ ਇਹਦੇ ਤੋਂ 15-20 ਦਿਨ ਪਹਿਲਾਂ ਦੀ ਆ ਬਾਕੀਆਂ ਤੋਂ। ਇਹ ਥੋੜ੍ਹੀ ਜ਼ਿਆਦਾ ਡਿੱਗੀ ਹੋਈ ਆ ਇਹਦੇ ਕੰਪੈਰੇਟਿਵਲੀ, ਬਟ ਓਵਰਆਲ ਜ਼ਿਆਦਾ ਨਹੀਂ ਡਿੱਗੀ ਜਿੰਨੀ ਮੈਂ ਸੋਚ ਰਿਹਾ ਸੀ, ਕਿਉਂਕਿ ਵਰਾਇਟੀ ਟੂ ਵਰਾਇਟੀ ਵੀ ਡਿਪੈਂਡ ਕਰਦਾ, ਕਈ ਵਰਾਇਟੀ ਨਹੀਂ ਡਿੱਗਦੀ ਜਿਹਦਾ ਹਾਈਟ ਘੱਟ ਹੁੰਦੀ ਆ। ਇਹ ਵਾਲੀ ਮੋਟਰ ਆਪਣੀ ਦੂਜੇ ਪਿੰਡ 'ਚ ਪੈਂਦੀ ਆ, ਇੱਧਰ ਮੀਂਹ ਘੱਟ ਪਿਆ ਲੱਗਦਾ ਮੈਨੂੰ, ਪਾਣੀ ਲਾਉਣਾ ਪੈਣਾ ਆਪਾਂ ਨੂੰ ਫਿਰ ਵੀ, ਉਹੀ ਡਿਲੇਅ ਕਰ ਸਕਦੇ ਹਾਂ ਬਸ, ਆਪਾਂ ਉਹਨੂੰ ਕੈਂਸਲ ਨਹੀਂ ਕਰ ਸਕਦੇ ਵੀ ਲਾਉਣਾ ਹੀ ਨਹੀਂ ਹੈਗਾ। ਸੋ ਜਿਹੜੇ ਹਿਸਾਬ ਨਾਲ ਆਪਣੇ ਪਿੰਡ ਮੀਂਹ ਪਿਆ ਉੱਦਾਂ ਉਸ ਹਿਸਾਬ ਨਾਲ ਹੈ ਨਹੀਂ ਇੱਥੇ ਲੱਗਦਾ, ਜੇ ਮੀਂਹ ਨਾ ਪੈਂਦਾ ਫਿਰ ਦੋ ਪਾਣੀ ਲਾਉਣੇ ਪੈਣੇ ਸੀ, ਹੁਣ ਮੀਂਹ ਪੈ ਗਿਆ, ਹੁਣ ਇਸ ਤੋਂ ਬਾਅਦ ਇੱਕ ਨਾਲ ਹੀ ਸਰ ਜਾਣਾ ਬਸ। ਸੋ ਮੋਟਰ 3 'ਤੇ ਵੀ ਠੀਕ ਆ, ਜ਼ਿਆਦਾ ਨੁਕਸਾਨ ਨਹੀਂ ਹੈਗਾ, ਇੰਨੇ ਕੁ ਦਾ ਕੁਛ ਨਹੀਂ, ਟੇਢੀ ਹੋਈ ਆ, ਇੱਥੋਂ ਸੱਟ ਹੋ ਜਾਣਾ ਇਹਨੇ। ਮੇਨ ਆਪਣਾ ਇਸ਼ੂ ਸੀਗਾ ਪਾਣੀ ਦਾ, ਇੱਦਾਂ ਠੀਕ ਆ ਸਭ ਭਾਈ, ਠੀਕ ਆ। ਪਹਿਲਾਂ ਤਾਂ ਆਪਣੇ ਇਨਸੈਕਟ ਦੇਖੀਏ ਕਿੱਥੇ ਗਏ, ਦੇਖੋ ਮਰ ਗਿਆ ਸਾਰੇ, ਕਿਤੇ ਨਹੀਂ ਦਿਖਦਾ ਕੋਈ, ਦੇਖਿਆ ਸਪਰੇਅ ਬਚ ਗਈ, ਆਪਣੀ ਸਪਰੇਅ ਬਚ ਗਈ, ਇੱਥੇ ਦਵਾਈਆਂ ਪਾਉਣ ਦੀ ਲੋੜ ਨਹੀਂ, ਦੇਖੋ ਕਿੰਨਾ ਤਾਂ ਤੁਸੀਂ ਆਪ ਹੀ ਦੇਖਿਆ ਸੀ ਉਦੋਂ ਕਿੱਦਾਂ ਦਾ ਸੀਗਾ, ਸਫਾਈ ਹੋ ਚੁੱਕੀ ਇੱਕ ਵਾਰ, ਸਫਾਈ ਅਭਿਆਨ ਚੱਲ ਚੁੱਕਾ ਹੈ, ਇੰਨੇ ਕੁ ਦਾ ਕੋਈ ਨਹੀਂ ਹੈਗਾ, ਆਪਾਂ ਐਵੇਂ ਰੋਈ ਜਾਣਾ ਕੀ, ਬੰਦੇ ਐਵੇਂ ਰੋਈ ਜਾਂਦੇ ਰਹਿੰਦੇ, ਹਾਏ ਮਰ ਗਏ, ਹਾਏ ਕਣਕ ਡੱਬੀ, ਹਾਏ ਕਣਕ ਲੁੱਟ ਗਈ, ਜੋ ਰੱਬ ਨੇ ਦੇਣਾ ਦੇਈ ਦੇਣਾ। ਹੁਣ ਮੈਂ ਇੰਨੇ ਕੁ ਨੂੰ ਦੇਖੀ ਜਾਵਾਂ, ਹਾਏ ਆ ਡਿੱਗ ਗਈ, ਜਿਹੜੀ ਖੜੀ ਉਹ ਵੀ ਤਾਂ ਦੇਖਣੀ ਚਾਹੀਦੀ ਮੈਨੂੰ, ਖੜੀ ਜ਼ਿਆਦੀ ਆ, ਡਿੱਗੀ ਥੋੜ੍ਹੀ ਆ, ਮਤਲਬ ਜਿਹੜੇ ਹਿਸਾਬ ਨਾਲ ਆਪਣੇ ਇੱਥੇ ਧਰਤੀ ਸੁੱਕ ਗਈ ਸੀਗੀ ਉਹਦਾ ਤਾਂ ਬਚਾਅ ਹੋ ਗਿਆ ਆ, ਥੋੜ੍ਹਾ ਜਿਹਾ ਇਹਨੂੰ ਮੋਇਸਚਰ ਮਿਲ ਗਿਆ। ਸੋ ਮੈਂ ਐਸਾ ਕਹਿ ਸਕਤੇ ਹੈ ਕਿ ਮੋਟਰ ਨੰਬਰ 3 ਔਰ ਮੋਟਰ ਨੰਬਰ 4 ਤੋਂ ਹਮਾਰੀ ਓਕੇ ਹੈ, ਯਹਾਂ ਪਰ ਜ਼ਿਆਦਾ ਕੋਈ ਇਸ਼ੂ ਨਹੀਂ ਹੈ, ਇਸ਼ੂ ਤੋਂ ਹੈ ਅਗਰ ਪਰ ਇਤਨੇ ਮੈਂ ਵੀ ਕਿਆ ਰੋਣਾ ਯਾਰ, ਜਾਂ ਇਸ ਮੋਟਰ 'ਤੇ ਹਮਾਰਾ ਜ਼ਿਆਦਾ ਇਸ਼ੂ ਥਾ ਉਹ ਇਨਸੈਕਟ ਵਾਲਾ, ਉਹ ਹਮਾਰਾ ਸੋਲਵ ਹੋ ਗਿਆ ਹੈ, ਅਗਰ ਪੈਨਿਕ ਮੈਂ ਆ ਕੇ ਮੈਂ ਉਸੇ ਦਿਨ ਸਪਰੇ ਕਰ ਦਿੱਤਾ ਕਿ ਇਹ ਇਨਸੈਕਟ ਲੱਗੇ, ਇਨਸੈਕਟ ਲੱਗੇ, ਦਵਾਈ ਕੇ ਪੈਸੇ ਬੇਕਾਰ ਜਾਤੇ, ਹੋਰ ਉੱਪਰ ਸੇ ਦਵਾਈ ਮੈਂ ਕਣਕ ਪਰ ਕਰਕੇ ਕਣਕ ਕੋ ਦੂਸ਼ਿਤ ਕਰ ਦਿੱਤਾ। ਬਾਕੀ ਇਹ ਵੀ ਪਾਣੀ ਕਾ ਫਿਲਹਾਲ ਹਮੇ ਥੋੜ੍ਹੇ ਦਿਨ ਕੇ ਲਈ ਟੈਨਸ਼ਨ ਨਹੀਂ ਹੈ, ਬਟ ਇੱਕ ਪਾਣੀ ਤਾਂ ਉਸਮੇ ਲੱਗੇਗਾ, ਬਟ ਅਗਰ ਬਾਰਿਸ਼ ਨਾ ਹੋਈ ਤਾਂ ਦੋ ਲਗਤੇ ਅਵੇਕ ਲੱਗੇਗਾ। ਲੱਡੂ ਬਣ ਰਿਹਾ ਇਸਕਾ, ਪਹਿਲੇ ਤੋਂ ਹੱਥ ਵੀ ਨਹੀਂ ਅੰਦਰ ਗੁੱਸਤਾ ਥਾ। ਚਲੋ ਮੋਟਰ 3 ਔਰ 4 ਤੋਂ ਹਮਾਰੀ ਠੀਕ ਹੈ, ਫਿਰ ਵੀ ਵਨ ਆਪਕੋ ਪਹਿਲੇ ਦਿਖਾਇਆ ਯਹਾਂ ਸੇ ਕਿ ਇਸਕਾ ਨੁਕਸਾਨ ਹੁਆ ਹੈ, ਤੋ ਆ ਕੇ ਚੱਲ ਕਰ ਦੇਖਤੇ ਅੰਦਰ, ਲੈਟਸ ਸੀ ਅਭੀ ਹਮਾਰਾ ਰਸਤਾ ਵੀ ਬਲੌਕ ਹੋ ਗਿਆ ਹੈ ਗਾਈਸ, ਜੇ ਦੇਖੀਏ ਹਮਾਰਾ ਰਸਤਾ ਵੀ ਬੰਦ ਹੋ ਗਿਆ ਹੈ, ਅਭੀ ਯਹਾਂ ਸੇ ਜਾਣਾ ਉਚਿਤ ਨਹੀਂ ਹੋਗਾ, ਮੁਝੇ ਇਸ ਪੇ ਪੈਰ ਰੱਖ ਰੱਖ ਕੇ ਜਾਣਾ ਪੜੇਗਾ, ਉੱਧਰ ਸੇ ਜਾਤਾ ਹੂੰ ਅਬ ਮੈਂ ਉੱਪਰ ਸੇ ਘੂਮ ਕਰ। ਇਹ ਵਾਲੀ ਬੱਟ ਹੈ ਇਸਕੇ ਇੱਧਰ ਮੋਟਰ ਨੰਬਰ 1 ਕਾ ਏਰੀਆ ਹੈ, ਔਰ ਇਹ ਮੋਟਰ ਨੰਬਰ ਉਹ ਵਾਲੀ ਹਮਾਰੀ 2, ਇਹ ਉਸਕਾ ਏਰੀਆ ਹੈ, ਇਹ ਵੀ ਪਹਿਲੇ ਲਗਾਈ ਹੋਈ ਹੈ। ਪਹਿਲੇ ਮੋਟਰ ਨੰਬਰ 1 ਦੇਖ ਲੈ, ਫਿਰ ਆਪਕੋ ਮਲਚਿੰਗ ਵਾਲੀ ਦਿਖਾਊਂਗਾ, ਜੋ ਇੱਕ ਡਿਫਰੈਂਟ ਤਰੀਕੇ ਸੇ ਬੀਜੀ ਹੈ ਪਰਾਲੀ ਮੇ। ਦੇਖੋ ਇਹ ਆਪਣੇ ਪਿੰਡ ਮੇ ਤੋਂ ਮੀਂਹ ਕਾਫੀ ਪਿਆ ਹੈ, ਤੋ ਪਾਣੀ ਕਿਤਨਾ ਖੜਾ ਹੈ, ਇਹ ਦੇਖੋ ਮੋਟਰ ਨੰਬਰ 1 ਕੀ ਜ਼ਮੀਨ ਕਾ ਹਾਲ, ਇਸਕਾ ਤੋਂ ਜ਼ਿਆਦਾ ਨੁਕਸਾਨ ਹੋਇਆ ਕੁਛ, ਇਹਦਾ ਤਾਂ ਯਾਰ ਹਰੇਕ ਪਾਸਿਓਂ ਰਸਤਾ ਬਲੌਕ ਹੋ ਗਿਆ, ਇੱਧਰ ਵੀ ਉਹੀ ਹਾਲ, ਉੱਪਰ ਦੀ ਪੈਰ ਰੱਖ ਕੇ ਜਾਣਾ ਪੈ ਰਿਹਾ ਮੈਨੂੰ ਹੁਣ, ਇਹਦਾ ਹਾਲ ਥੋੜ੍ਹਾ ਜ਼ਿਆਦਾ ਮੰਦਾ ਆ ਬਾਈ, ਜੇ ਬਾਕੀਓਂ ਸੇ ਅਲੱਗ ਵਰਾਇਟੀ ਹੈ, ਯੀਲਡ ਯੂਲਡ ਇਸਕੀ ਅੱਛੀ ਰਹਿਤੀ ਹੈ, ਇਸਕਾ ਝਾੜ ਅੱਛਾ ਰਹਿਤਾ ਹੈ, ਬਟ ਇਸਕੇ ਗਿਰਨੇ ਕੀ ਪ੍ਰੋਬਲਮ ਹੈ। ਸਾਲ ਮਿਹਨਤ ਕਰੋ, ਫਸਲ ਉਗਾਓ, ਉਸਕਾ ਪਾਲਣ ਪੋਸ਼ਣ ਕਰੋ, ਉਸੇ ਖੁਰਾਕ ਦੋ, ਉਸੇ ਬਿਮਾਰੀਆਂ ਸੇ ਬਚਾਓ, ਉਸੇ ਕੀਟੋਂ ਸੇ ਬਚਾਓ, ਐਂਡ ਮੇ ਇੱਕ ਦਿਨ ਬਾਰਿਸ਼ ਪੜ ਜਾਤੀ ਹੈ, ਓਲੇ ਪੜ ਜਾਤੇ ਹੈ, ਫਸਲ ਖਰਾਬ ਹੋ ਜਾਤੀ ਹੈ, ਔਰ ਵਹੀ ਕਿਸਾਨ ਅਗਰ ਆਪਣੇ ਹੱਕ ਕੀ ਬਾਤ ਦੇਸ਼ ਕੇ ਸਾਹਮਣੇ ਕਰੇ
ਤੁਸੀਂ ਆਤੰਕਵਾਦੀ ਬੋਲ ਕੇ ਬਾਤ ਖਤਮ ਕਰ ਦਿਓ। ਅਭੀ ਤੱਕ ਆਪਣੇ ਜੋ ਵੀ ਕਣਕ ਮੇਰੀ ਦੇਖੀ ਹੈ ਯਹੀ ਥੋੜ੍ਹੀ ਜ਼ਿਆਦਾ ਗਿਰੀ ਹੋਈ ਹੈ। ਸੋ ਜੇ ਆਪਣੇ ਅਭੀ ਤੱਕ ਜੋ ਕਣਕ ਦੇਖੀ ਹੈ ਵੀ ਇਹ ਕਨਵੈਨਸ਼ਨਲ ਤਰੀਕੇ ਸੇ ਬੀਜੀ ਗਈ ਹੈ, ਔਰ ਅਭੀ ਮੈਂ ਆਪਕੋ ਜੋ ਕਣਕ ਦਿਖਾਊਂਗਾ ਵੋ ਇੱਕ ਨੋਨ ਕਨਵੈਨਸ਼ਨਲ ਤਰੀਕੇ ਸੇ ਬੋਲੋ ਜਾਂ ਨਏ ਤਰੀਕੇ ਸੇ ਬੋਲੋ ਬੀਜੀ ਗਈ ਹੈ, ਉਸਕਾ ਰਿਜ਼ਲਟ ਆਪਕੋ ਦਿਖਾਤਾ ਹੂੰ। ਉਸਕੋ ਮਲਚਿੰਗ ਬੋਲਤੇ ਹੈ, ਮਲਚਿੰਗ ਸੇ ਬੀਜੀ ਗਈ ਹੈ ਵੋ। ਝੋਨੇ ਕੀ ਧਾਨ ਕੀ ਫਸਲ ਖੜੀ ਹੈ, ਉਸਕੋ ਕਾਟ ਕੇ ਵੈਸੇ ਹੀ ਛਿੱਟਾ ਮਾਰ ਕੇ ਉਸਕੋ ਪਰਾਲੀ ਕੇ ਉੱਪਰ ਢੱਕ ਦੀ ਹੈ, ਬਸ ਕੰਮ ਖਤਮ। ਮਤਲਬ ਸੋਚਣੇ ਵਾਲੀ ਇਹ ਬਾਤ ਹੈ ਕਿ ਛਿੱਟਾ ਤੋਂ ਯਾਰ ਕਣਕਾ ਉੱਪਰ ਹੀ ਪੜਾ ਰਹਿ ਗਿਆ, ਵੋ ਗਿਰੇਗਾ ਉਹ ਤੋਂ ਗਿਰ ਜਾਏਗੀ, ਬਟ ਵੋ ਖੜੀ ਹੈ ਸਾਰੀ ਕੀ ਸਾਰੀ, ਕੁਛ ਵੀ ਨਹੀਂ ਹੋਇਆ ਇਸਕੋ। ਇੱਧਰ ਦੇਖ ਲਓ ਨੋਰਮਲ ਤਰੀਕੇ ਸੇ ਬੀਜੀ ਹੋਈ, ਜੈਸੇ ਸਾਰੇ ਬੀਜਤੇ ਹੈਂ, ਮੈਨੇ ਵੀ ਵੈਸੇ ਬੀਜੀ ਹੈ ਜ਼ਿਆਦਾਤਰ, ਬਟ ਇਹ ਦੇਖ ਲਓ ਮਲਚਿੰਗ ਵਾਲੀ। ਅਭੀ ਆਪਕੋ ਇਸਕੇ ਅੰਦਰ ਪਰਾਲੀ ਵੀ ਦਿਖਾ ਦਿੱਤਾ ਹੂੰ ਮੈਂ, ਇਹ ਦੇਖੋ ਪਰਾਲੀ ਪੜੀ ਹੋਈ ਹੈ, ਗਲ ਚੁੱਕੀ ਹੈ ਅਭੀ ਤੋਂ। ਅਭੀ ਤੱਕ ਤਾਂ ਬੈਸਟ ਚੱਲ ਰਹੀ ਹੈ, ਖਰਚਾ ਵੀ ਇਸਮੇ ਕਮ ਹੈ, ਐਫਰਟ ਵੀ ਇਸਮੇ ਰੈਲੇਟਿਵਲੀ ਕਮ ਹੈ। ਅਭੀ ਇੱਕ ਔਰ ਟਿੱਕ ਮਾਰਕ ਇਸਮੇ ਲੱਗ ਗਿਆ ਕਿ ਇਤਨੀ ਆਂਧੀ ਤੂਫਾਨ ਮੇਂ, ਇਤਨੀ ਬਾਰਿਸ਼ ਮੇਂ, ਗੜੇ ਮੇਂ ਕੁਛ ਨਹੀਂ ਹੁਆ ਇਸਕਾ, ਵੈਸੇ ਹੀ ਖੜੀ ਹੈ। ਲੋਕ ਕਾਫੀ ਬਾਤ ਕਰ ਰਹੇ ਥੇ ਕਿ ਇਹ ਤੋਂ ਗਿਰ ਜਾਏਗੀ, ਇਹ ਤੁਮਨੇ ਕਿਆ ਕਰ ਦਿਆ, ਮਲਚਿੰਗ ਵਾਲੀ ਟੈਕਨੀਕ ਫਿਲਹਾਲ ਹਮਾਰੀ ਬੈਸਟ ਚੱਲ ਰਹੀ ਹੈ। ਮੈਂ ਵੀ ਵੇਟ ਕਰ ਰਹਾ ਹੂੰ ਫਾਈਨਲ ਆਊਟਪੁੱਟ ਕਾ, ਕਿ ਇਸਕੀ ਯੀਲਡ ਕਿਤਨੀ ਆਏਗੀ, ਪੂਰਾ ਫਾਈਨਲ ਆਊਟਪੁੱਟ ਆਏਗਾ ਉਸਕੇ ਬਾਅਦ ਹਮ ਦਿਖਾਏਂਗੇ ਆਪਕੋ ਕਿ ਇਸਕਾ ਕੈਸੇ ਰਹਾ। ਦੇਖ ਲਓ ਆਪ ਸਾਰਾ ਚੈੱਕ ਕਰ ਲਓ, ਕੁਛ ਵੀ ਨਹੀਂ ਗਿਰੀ, ਕਹੀਂ ਸੇ ਨਹੀਂ ਗਿਰੀ। ਇੱਕ ਵਾਰ ਪਿੱਛੇ ਜਾ ਕੇ ਸਰੋਂ ਦਾ ਖੇਤ ਵੀ ਦੇਖ ਲਈਏ, ਇਹਦਾ ਹਾਲ ਦੇਖੋ। ਸਰੋਂ ਤਾਂ ਵੈਸੇ ਖੜੀ ਹੋਈ ਹੈ ਸਾਰੀ, ਕੁਛ ਨਹੀਂ ਹੋਇਆ ਇਹਦਾ ਵੀ। ਉਹ ਬਚ ਗਿਆ ਹੋਏ, ਮੈਂ ਪੈਸੇ ਸਿੱਟੀ ਫਿਰਦਾ, ਸ਼ੁਕਰ ਕਿਸੇ ਨੇ ਚੱਕੇ ਨਹੀਂ। ਦੇਖੋ ਮੈਂ 10 ਮਿੰਟ ਪਹਿਲੇ ਯਹਾਂ ਸੇ ਨਿਕਲਾ ਤਾ, ਪੂਰੇ ਮੋਟਰੋਂ ਕੋ ਰਾਊਂਡ ਮਾਰ ਕੇ ਯਹਾਂ ਪੇ ਆਇਆ, ਔਰ ਕਾਫੀ ਲੋਕ ਯਹਾਂ ਸੇ ਗੁਜ਼ਰ ਚੁੱਕੇ ਹੈਂ, ਕਿਸੀ ਨੇ ਨੋਟ ਨਹੀਂ ਉਠਾਇਆ। ਇਮਾਨਦਾਰੀ ਅਭੀ ਬਾਕੀ ਹੈ, ਆਹ ਹਾਨੀ ਕੀ ਕਣਕ ਇਹਦਾ ਵੀ ਕਾਫੀ ਨੁਕਸਾਨ ਹੋਇਆ ਹੋਇਆ, ਬਟ ਆਈ ਐਮ ਗ੍ਰੇਟਫੁਲ ਕਿ ਮੈਨੂੰ ਮੌਕਾ ਮਿਲਾ ਹੈ ਇਸ ਚੈਨਲ ਕੇ ਥਰੂ ਆਪਕੋ ਬਤਾਨੇ ਕਾ ਕਿ ਹਾਓ ਦ ਫਾਰਮਰਸ ਆਰ ਸਫਰਿੰਗ। ਕੁੱਲ ਮਿਲਾ ਕੇ ਹਮ ਕਹਿ ਸਕਤੇ ਹੈ ਕਿ ਕੁਟਰ 1 ਪੇ ਹਮਾਰਾ ਨੁਕਸਾਨ ਹੁਆ ਹੈ, ਫਿਗਰਸ ਮੇਂ ਨੁਕਸਾਨ ਹੋਗਾ ਜਾਂ ਨਹੀਂ ਹੋਗਾ ਵੋ ਤੋ ਚਲੋ 2 ਮਹੀਨੇ ਬਾਅਦ ਪਤਾ ਚਲੇਗਾ, 1.5 ਮਹੀਨੇ ਬਾਅਦ। ਔਰ ਮੈਂ ਹਿੰਦੀ ਮੇਂ ਇਸ ਲਈ ਬੋਲ ਰਹਾ ਹੂੰ ਕਿਉਂਕਿ ਮੈਂ ਚਾਹਤਾ ਹੂੰ ਕਿ ਮੈਂ ਸਿਰਫ ਪੰਜਾਬ ਕੀ ਬਾਤ ਪੰਜਾਬ ਤੱਕ ਹੀ ਨਾ ਰੱਖੂੰ ਕਿ ਪੰਜਾਬੀਓ ਕੋ ਤੋ ਪਤਾ ਹੀ ਹੈ ਆਲਰੇਡੀ, ਬਟ ਮੇਰਾ ਮਕਸਦ ਇਹੀ ਹੈ ਕਿ ਪੂਰੇ ਦੇਸ਼ ਮੇਂ ਇਹ ਬਾਤ ਪਹੁੰਚਾਈ ਜਾਏ। ਸੋ ਚਲੋ ਬਾਕੀ ਆਪਕੋ ਪਤਾ ਚਲ ਹੀ ਜਾਏਗਾ, ਅੱਗੇ ਆਪ ਵਲੋਗ ਦੇਖਤੇ ਜਾਣਾ, ਪਤਾ ਚਲ ਜਾਏਗਾ ਅੱਗੇ ਇਸਕਾ ਕਿਆ ਹੋਤਾ ਹੈ, ਹਮਾਰਾ ਐਕਚੁਅਲ ਮੇਂ ਕਿਤਨਾ ਨੁਕਸਾਨ ਹੋਤਾ ਹੈ, ਕਿਤਨਾ ਬਚਤਾ ਹੈ, ਔਰ ਫਿਰ ਦੇਖੇਂਗੇ, ਆਪਕੋ ਦਿਖਾਤੇ ਰਹੇਂਗੇ, ਆਪ ਜੁੜੇ ਰਹੋ ਇਸ ਚੈਨਲ ਸੇ। ਖੁੱਲੇ ਕਦੇ ਯਾਰ, ਤੈਨੇ ਖੁੱਲਾ ਛੱਡਿਆ, ਇਹ ਖੁੱਲੇ ਨਹੀਂ, ਮਤਲਬ ਕੋਈ ਬੰਦਾ ਖੁੱਲੇ ਦੇਖਿਆ ਨਾ ਤਾਂ ਹੀ, ਕੋਈ ਬੰਦਾ ਮੈਂ ਚੈੱਕ ਕਰਨੇ ਸੀ ਜੀ। ਮਾਮਾ ਜੋ ਚਲੀ ਸਿਰ ਤੇ ਚਲਿਆ, ਹਾਂ ਚਾਹ ਫਿਰ ਮੈਂ ਤੈਨੂੰ ਕਹਿੰਦਾ ਅਟਕ ਜਾ ਥੋੜ੍ਹੀ ਜਿਹੀ, ਪਹਿਲਾਂ ਅੜਕ ਜਾ ਫਸ ਜਾ, ਮਤਲਬ ਅੱਜ ਵੀ ਜਵਾਬ ਹੀ ਆ। ਹਾਂ ਥੋੜ੍ਹੇ ਦਿਨਾਂ ਦੀ ਗੱਲ ਹੈ, ਥੋੜ੍ਹੇ ਦਿਨ ਹੀ ਕਿੰਨੇ ਕੁ ਹੁੰਦੇ ਮੈਨੂੰ ਸਮਝ ਨਹੀਂ ਆਉਂਦੀ, ਕਿੰਨੇ ਹੀ ਦਿਨ ਹੋ ਗਏ। ਰੋਜ਼ ਮਿੱਤਰੋ 8:30 ਹੋ ਚੁੱਕਿਆ ਅਤੇ ਮਾਮੇ ਤੋਂ ਕਰ ਫਿਰ ਧੋਖਾ ਖਾਣ ਤੋਂ ਬਾਅਦ ਮੈਂ ਸ਼ਹਿਰ 'ਤੇ ਆ ਚੁੱਕਾ। ਫਿਲਹਾਲ ਅੱਜ ਦੇ ਸਟੈਪ ਹੋਏ ਆ 6,000, ਜਗਮਗ ਹੋਈ ਪਈ ਆ ਕਿਉਂਕਿ ਪ੍ਰੋਗਰਾਮ ਆ ਪਿੰਡ, ਠੰਡ ਜੀ ਦੁਬਾਰਾ ਹੋ ਗਈ ਯਾਰ। ਯਾਰ ਆ ਬੂਟ ਵੈਸੇ ਤਾਂ ਵਧੀਆ, ਲਾਈਟ ਪੈ ਕੇ ਤਾਂ ਛਪਰੀ ਜਿਹਾ ਲੱਗਦੇ ਆ। ਸੈਰ ਕਰਦੇ ਕਰਦੇ ਇੱਕ ਤਾਂ ਮੇਰੇ ਇੱਕ ਚੀਜ਼ ਦਿਮਾਗ 'ਚ ਆਈ ਆ, ਮੈਂ ਸਾਰਿਆਂ ਦਾ, ਉਹਨਾਂ ਲੋਕਾਂ ਦਾ, ਸਾਰਿਆਂ ਉਹਨਾਂ ਸਬਸਕ੍ਰਾਈਬਰਾਂ ਦਾ ਥੈਂਕ ਯੂ ਕਰਨਾ ਚਾਹੁੰਦਾ ਜਿਹੜੇ ਰੈਗੂਲਰਲੀ ਕਮੈਂਟ ਕਰਦੇ ਆ, ਮੈਂ ਪੜ੍ਹਦਾ ਕਮੈਂਟ ਸਾਰੇ ਬਾਈ, ਥੈਂਕ ਯੂ ਸੋ ਮੱਚ। ਚਲੋ ਜੀ ਮਿੱਤਰੋ, 10,000 ਸਟੈਪ ਹਮਾਰੇ ਕੰਪਲੀਟ ਹੋ ਚੁੱਕੇ ਹੈ। ਇਹਦਾ ਰੋਜ਼ ਦਾ ਕੰਮ ਹੈ, ਜਦੋਂ ਵੀ ਆਪਣੀ ਗਲੀ 'ਚ ਐਂਟਰ ਹੋਣ ਲੱਗਦਾ ਭੌਂਕਦਾ ਕੋਈ, ਕੱਲ੍ਹ ਨੂੰ ਭੌਂਕ ਕੇ ਦਿਖਾਈ ਤੂੰ। ਅੱਛਾ ਅੱਜ ਮੈਂ ਤੈਨੂੰ ਧਮਕੀ ਦੇਣ ਡਿਆ, ਜੇ ਸਵੇਰ ਤੱਕ ਇੱਥੇ ਤੱਕ ਨਾ ਹੋਇਆ ਨਾ ਸਾਲੇ ਆ ਵੀ ਸੁੱਟ ਦੇਣਾ ਮੈਂ ਤੈਨੂੰ ਚੱਕ ਕੇ। ਕਿੰਨਾ ਕਾ ਵੈਸੇ? ਨਹੀਂ ਮਤਲਬ ਇਕੱਲੇ ਡੱਬੇ ਨੂੰ ਸੁੱਟ ਦੇਣਾ, ਮਾਲ ਕੱਢ ਲੈਣਾ। ਸੋ ਮਿੱਤਰੋ ਚਿੱਟਾ ਦੁੱਧ ਪੀਣੇ ਦਾ ਟਾਈਮ ਹੋ ਚੁੱਕਾ ਹੈ। ਸੋ ਮਿੱਤਰੋ 11 ਵੱਜ ਚੁੱਕੇ ਆ ਅਤੇ 2 ਵਲੋਗ ਸੋਚੇ ਸੀ ਐਡਿਟ ਕਰਨ ਦਾ, ਅਨਫੋਰਚੁਨੇਟਲੀ ਦੂਸਰਾ ਨਹੀਂ ਹੋ ਪਾਇਆ ਪੂਰਾ, ਅਤੇ ਹੁਣ ਆਪਣਾ ਸੌਣ ਦਾ ਟਾਈਮ ਹੋ ਚੁੱਕਾ। ਮੈਂ ਹੁਣ ਕੋਈ ਕੰਪਰੋਮਾਈਜ਼ ਨਹੀਂ ਕਰਨਾ ਕਿਉਂਕਿ ਆਪਣੀ ਰੂਟੀਨ ਬਣੀ ਹੋਈ ਹੈ ਸਵੇਰ ਨੂੰ ਜਲਦੀ ਉੱਠਣ ਵਾਲੀ, ਕੱਲ੍ਹ ਨੂੰ ਮੰਡੇ ਆ ਜਿੰਮ ਵੀ ਜਾਣਾ। ਸੋ ਮੈਨੂੰ ਦਿਓ ਇਜਾਜ਼ਤ ਅੱਜ ਦੇ ਵਲੋਗ 'ਚੋਂ, ਥੈਂਕ ਯੂ ਸੋ ਮੱਚ ਅੱਜ ਕਿਸ ਵਲੋਗ ਕੋ ਪਹੁੰਚਣੇ ਕੇ ਲੀਏ, ਮਿਲਤੇ ਹੈ ਕੱਲ੍ਹ ਵਾਲੇ ਵਲੋਗ ਮੇਂ।